ਮਾਮਾ ਰੋਜ਼ ਨਵਾਉਣਾ ਹੁੰਦਾ ਇਹਨਾਂ ਨੂੰ ਗਰਮੀ ਵਾਲੀ ਹੋ ਗਿਆ ਨਾ ਇਹ ਟੂਟੀ ਆਇਆ ਨਾ ਟੂਟੀ ਵਾਲਾ ਪਾਣੀ ਆ ਨਾ ਸਾਡੇ ਨੀ ਸਾਡੇ ਪਿੰਡ 'ਚ ਹੈਗੇ ਟੂਟੀਆਂ ਅਸੀਂ ਲਵਾਈ ਨੀ ਤੇ ਫਰੈਂਡਸ ਠੰਡੇ ਠੰਡੇ ਪਾਣੀ ਨਾਲ ਜਿਹੜਾ ਗਾਵਾਂ ਨੂੰ ਅਸੀਂ ਨਵਾ ਰਹੇ ਹਾਂ ਅਤੇ ਗਰਮੀ ਬਹੁਤ ਜ਼ਿਆਦਾ ਹੁੰਦੀ ਹੈ ਬਹੁਤ ਗਰਮੀ ਹੈ ਅਤੇ ਇਹਨਾਂ ਦੀ ਸਾਫ਼ ਸਫਾਈ ਦਾ ਧਿਆਨ ਰੱਖਣਾ ਹੀ ਪੈਂਦਾ ਮਤਲਬ ਦੁੱਧ ਵਾਜ ਵੀ ਘੱਟ ਜਾਂਦੇ ਆ ਪਸ਼ੂ ਜੇ ਆਪਾਂ ਨਹੀਂ ਨਵਾਉਂਦੇ ਗਰਮੀ 'ਚ ਇਹਨਾਂ ਨੂੰ ਅਤੇ ਇਸ ਤਰ੍ਹਾਂ ਆਹ ਦੇਖੋ ਜੀ ਨਾਨੀ ਨੇ ਬੂਟੇ ਵੀ ਬਹੁਤ ਉਗਾ ਕੇ ਰੱਖੇ ਹੋਏ ਆ ਅਤੇ ਫੁੱਲਾਂ ਨੇ ਬਹੁਤ ਬੂਟੇ ਲਾਏ ਆ ਹੈ ਨਾ ਬੀਬੀ ਆ ਤੂੰ ਲਾਇਆ ਸਾਰੇ ਕਿੰਨੇ ਸੋਹਣੇ ਲੱਗੇ ਨੇ ਜੀ ਇਹ ਬਹੁਤ ਸ਼ੌਕੀਨ ਆ ਨਾਨੀ ਸਾਡੀ ਬੂਟੇ ਲਾਉਣ ਦੀ ਅਤੇ ਆਹ ਦੇਖੋ ਆਹ ਵੀ ਲਾ ਰੱਖੇ ਗੁਲਾਬ ਦੇ ਆਹ ਸਾਰੀ ਜਿਹੜੀ ਇਹ ਫੁੱਲ ਵਾੜੀ ਬਣਾਈ ਹੈ ਨਾਨੀ ਨੇ ਤਿਆਰ ਕੀਤੀ ਆ ਮਨੀ ਪਲਾਂਟ ਹੈ ਦੇਖੋ ਕਿੰਨਾ ਸੋਹਣਾ ਬੂਟਾ ਇਹ ਜੀ ਗਮਲੇ 'ਚ ਲਾਇਆ ਹੋਇਆ ਆਹ ਸਾਰੇ ਟਮਾਟੇ ਅੱਛਾ ਇਹ ਟਮਾਟਰਾਂ ਦੇ ਬੂਟੇ ਨੇ ਸਾਰੀ ਸਬਜ਼ੀ ਸੁਬਜ਼ੀ ਘਰ ਉਗਾ ਕੇ ਰੱਖਦੀ ਹਾਂ ਨਿੱਕੀ ਮੋਟੀ ਹੈ ਨਾ ਅਤੇ ਦੇਖੋ ਜੀ ਉੱਧਰ ਵੀ ਦਿਖਾਉਂਦੇ ਹਾਂ ਤੁਹਾਨੂੰ ਇੱਕ ਆਹ ਇੱਥੇ ਵੀ ਲਗਾਈ ਹੈ ਆਹ ਐਲੋਵੇਰਾ ਦਾ ਬੂਟਾ ਹੈ ਅਤੇ ਆਹ ਨਾਨੀ ਚੁੱਲ੍ਹੇ ਤਿਆਰ ਕਰਦੀ ਆ ਕੱਚੇ ਮੈਨੂੰ ਵੀ ਦੋ ਤਿੰਨ ਚੁੱਲ੍ਹੇ ਤਿਆਰ ਕਰਕੇ ਦਿੱਤੇ ਨੇ ਉਹ ਵੀ ਤੁਹਾਨੂੰ ਦਿਖਾਵਾਂਗੇ ਚੁੱਲ੍ਹਾ ਬਣਿਆ ਡੋਲ ਕੇ ਰੱਖਿਆ ਇਹਨੂੰ ਤਿਆਰ ਕਰਨਗੇ ਅਤੇ ਦੋ ਤਿੰਨ ਚੁੱਲ੍ਹੇ ਜਿਹੜੇ ਤਿਆਰ ਕਰ ਚੁੱਕੇ ਨੇ ਪੁਰਾਣੀਆਂ ਬਜ਼ੁਰਗਾਂ ਦੀ ਆਪਾਂ ਰੀਸ ਨਹੀਂ ਕਰ ਸਕਦੇ ਜੀ ਜਿੰਨਾ ਉਹ ਕੰਮ ਕਰਦੀਆਂ ਆਪਣੇ ਤੋਂ ਨਹੀਂ ਹੁੰਦਾ ਉਨਾ ਕੰਮ ਅੱਜ ਕੱਲ੍ਹ ਦੀ ਜਨਰੇਸ਼ਨ ਤੋਂ ਨਾ ਹੀ ਉਹੀ ਜੀ ਸਫਾਈ ਆਉਂਦੀ ਹੈ ਕੰਮ 'ਚ ਆਹ ਕਹਿੰਦਾ ਬੂਟਾ ਬੀਬੀ ਆਹ ਹਾਂ ਨਿੰਬੂ ਦਾ ਬੂਟਾ ਅੱਛਾ